ਆ ਮੈਂ ਪਹਿਲੀ ਖਬਰ ਕੱਢ ਕੇ ਲਿਆ ਕਿ 60% DAP ਦੇ ਸੈਂਪਲ ਫੇਲ ਹੋ ਗਏ ਤੇ DAP ਕੌਣ ਵਰਤਦਾ? ਸਾਧ ਸੰਗਤ ਜੀ, ਇਹ ਖੇਤ, ਇਹ ਧਰਤੀ ਜਿੱਥੋਂ 50% ਦੇਸ਼ ਨੂੰ ਅੰਨ ਮਿਲਦਾ, ਤੁਹਾਡੇ ਤੁਸੀਂ ਮਿਹਨਤ ਕਰੋ, ਮਗਰ ਜੇ ਉਹ DAP ਮਾੜੀ ਹੋਵੇ ਤੇ ਸਾਧ ਸੰਗਤ ਜੀ ਤੁਹਾਡਾ ਨੁਕਸਾਨ ਹੋਵੇ, ਤੁਹਾਡੀ ਫਸਲ ਪੂਰੀ ਨਾ ਹੋਵੇ ਤੇ ਕੀ ਇਹ ਜੇ ਮੁੱਖ ਮੰਤਰੀ ਨੂੰ ਕੋਈ ਕਿਸੇ ਕਿਸਮ ਨਾਲ ਵੀ ਕਿ ਕੁਰਸੀ ਤੇ ਬਣੇ ਰਹਿਣ ਦਾ ਇਹ ਫਰਜ਼ ਰਹਿ ਜਾਂਦਾ? ਆਪ ਕਹਿੰਦਾ ਕਿ ਇਹਦਾ ਇਨਕੁਆਇਰੀ ਕਰੋ, ਮੈਂ ਕਹਿੰਦਾ ਤੇਰੇ ਤੇ ਪਰਚਾ ਹੋਵੇ ਭਗਵੰਤ ਮਾਨ, ਫੇਲ ਤੂੰ ਹੋਇਆ, ਜਿਹੜਾ ਮਿਨਿਸਟਰ ਕੱਲਾ ਨਹੀਂ ਫੇਲ ਹੋਇਆ। ਦੂਜਾ, ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ, ਕਿਉਂ? 5 ਪਿਆਰਿਆਂ ਦੀ ਫੋਟੋ ਲਵਾਈ, ਆਪ ਦੀ ਫੋਟੋ ਲਾਈ ਤੇ ਸਿਰਫ ਇਸ ਲਈ ਕਿ ਮੇਰੀ ਫੋਟੋ ਦਿਸਣੀ ਚਾਹੀਦੀ। ਦੱਸ ਉਸ ਫੋਟੋ ਦਾ ਕੀ ਫਾਇਦਾ? ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ? ਤੇਰੀ ਫੋਟੋ ਵੇਖ ਕੇ ਤਾਂ ਸੋਫੀ ਬੰਦਾ ਸ਼ਰਾਬੀ ਹੋ ਜਾਂਦਾ ਕਿ ਇਹਨੂੰ ਵੇਖ ਕੇ ਤਾਂ ਵੈਸੇ ਸਰੂਰ ਆਉਣ ਲੱਗ ਪੈਂਦਾ। ਉਸ ਫੋਟੋ ਨਾਲ ਲਾਏ ਨਾਲ ਮੈਂ ਪੁੱਛਣਾ ਚਾਹੁੰਦਾ ਕਿ ਹਸਪਤਾਲਾਂ 'ਚ ਤੁਹਾਡਾ ਇਲਾਜ ਵਧੀਆ ਹੋਣ ਲੱਗ ਪਿਆ? ਕਿ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ? ਅੱਜ ਸਾਧ ਸੰਗਤ ਜੀ ਹਸਪਤਾਲ ਖਾਲੀ ਨੇ, ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ। 900 ਕਰੋੜ ਸੈਂਟਰ ਨੇ ਰੋਕ ਛੱਡਿਆ, ਕਿਉਂ? ਕਿਉਂਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨਾਂ ਰੱਖਤਾ ਤੇ ਮੋਦੀ ਕਹਿੰਦਾ ਜੇ 9 ਆਮ ਆਦਮੀ ਕਲੀਨਿਕ ਰੱਖਣਾ, ਆਪ ਦੀ ਫੋਟੋ ਲਾਉਣੀ ਹੈ ਤੇ ਆਪਦੇ ਪੈਸਿਆਂ ਤੋਂ ਖਰਚ ਚਲਾ ਅਸੀਂ ਨਹੀਂ ਦਿੰਦੇ। ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ? ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ, ਸਿਹਤ ਸਹੂਲਤਾਂ ਦਾ ਨੁਕਸਾਨ, 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ, ਉਹ ਵੀ ਕਿੱਥੇ? ਐ ਨਾ ਸਮਝ ਲਿਓ ਕਿ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ, ਉਹ ਪੈਸੇ ਵੀ ਤੁਹਾਡੀ ਜੇਬ 'ਚੋਂ ਗਏ ਆ। ਨੁਕਸਾਨ ਤਾਂ ਤਿੰਨ ਕਿਸਮ ਦਾ ਕੁੰਡਾ ਕਰਕੇ ਚਲੋ, ਇਹ ਵੀ ਛੱਡੋ। ਬਾਦਲ ਸਾਹਿਬ, ਇੱਥੇ ਇੱਕ ਸੜਕ ਬਣ ਰਹੀ ਆ ਵੱਲੇ ਤੋਂ ਮਹਿਤਾ ਚੌਕ ਤੋਂ ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡਾ, ਬਹੁਤ ਵੱਡੀ ਲਾਈਫ ਲਾਈਨ ਆ। ਤੁਸੀਂ ਉਹਦਾ ਨੀਂਹ ਪੱਥਰ ਗਡਕਰੀ ਸਾਹਿਬ ਨੂੰ ਲਿਆ ਕੇ ਰੱਖਿਆ ਸੀ, ਅੱਜ ਉਹ ਸੜਕ ਵੀ ਕੈਂਸਲ ਹੋ ਗਈ ਆ। ਉਹਦਾ ਇੱਕ ਹਿੱਸਾ ਇੱਥੇ ਉਹ ਫਿਰਦਾ ਜੀ, ਗੋਲਡੀ ਸਾਡਾ ਕਿੱਥੇ ਆ? ਉਹ ਮੈਨੂੰ ਦੱਸਦਾ ਸੀ ਇਕੱਲਾ ਅੰਮ੍ਰਿਤਸਰ ਤੋਂ ਮਹਿਤਾ ਚੌਕ ਵਾਲਾ ਹਿੱਸਾ ਬਚਿਆ, ਮਹਿਤਾ ਚੌਕ ਤੋਂ ਸ਼੍ਰੀ ਹਰਗੋਬਿੰਦਪੁਰ ਉਹ ਟੈਂਡਰ ਹੀ ਕੈਂਸਲ ਹੋ ਗਿਆ, ਔਰ ਉਹ ਤੋਂ ਅੱਗੇ ਟਾਂਡੇ ਦਾ ਟੈਂਡਰ ਕੈਂਸਲ ਹੋ ਗਿਆ। ਤੁਸੀਂ ਇਹ ਲਾ ਲਓ ਅੰਦਾਜ਼ਾ ਕਿ ਜਿਹਨੇ ਪਠਾਨਕੋਟ ਜਾਣਾ ਸੀ, ਜਿਹਨੇ ਹੁਸ਼ਿਆਰਪੁਰ ਦੀ ਧਰਤੀ 'ਤੇ ਜਾਣਾ ਸੀ, ਇੱਕ ਵੱਡਾ ਇਹ ਰਸਤਾ ਸੀ ਆਉਣ ਦੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ 'ਤੇ, ਅੱਜ ਉਹ ਟੈਂਡਰ ਵੀ ਕੈਂਸਲ ਹੋ ਗਿਆ। ਕਿਉਂ? ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਖਾਧੀ ਪੀਤੀ 'ਚ ਟਾਈਮ ਹੀ ਨਹੀਂ ਮਿਲਦਾ ਮੀਟਿੰਗ ਕਰਨ ਦਾ। ਇਸ ਲਈ ਅਗਲਾ ਕੰਮ, ਕਹਿੰਦੇ ਅਸੀਂ ਕਾਲਜ ਖੋਲ੍ਹਾਂਗੇ, ਹਸਪਤਾਲ ਖੋਲ੍ਹਾਂਗੇ। ਸਾਧ ਸੰਗਤ ਜੀ, ਟੱਟੂ ਦੇ ਖੋਲ੍ਹਣੇ ਇਹਨਾਂ ਨੇ ਹਸਪਤਾਲ ਕਾਲਜ, ਇਹਨੇ ਜੋ ਕੰਮ ਕਰਨਾ ਆ 11-12 ਕਾਲਜ ਆ ਸਾਰੀ ਸ਼ਹਿਰ ਪੜ੍ਹਦੇ ਨਾ, ਸ਼ਹਿਰ ਵੀ ਵੱਡੇ, ਗਵਰਨਮੈਂਟ ਕਾਲਜ ਫਾਰ ਗਰਲਜ਼ ਲੁਧਿਆਣਾ, SCD ਕਾਲਜ ਲੁਧਿਆਣਾ, ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ, ਗਵਰਨਮੈਂਟ ਕਾਲਜ ਫਾਰ ਗਰਲਜ਼ ਪਟਿਆਲਾ, SR ਗਵਰਨਮੈਂਟ ਕਾਲਜ ਵਿਮੈਨ ਅੰਮ੍ਰਿਤਸਰ, ਗਵਰਨਮੈਂਟ ਕਾਲਜ ਮੋਹਾਲੀ, ਗਵਰਨਮੈਂਟ ਕਾਲਜ ਮਲੇਰਕੋਟਲਾ, ਗਵਰਨਮੈਂਟ ਕਾਲਜ ਹੁਸ਼ਿਆਰਪੁਰ। ਵੱਡੇ ਸ਼ਹਿਰਾਂ 'ਤੇ ਕਾਲਜ ਨਹੀਂ ਚਲਾ ਪਾ ਰਹੇ, ਕਾਲਜ ਬੰਦ ਕਰਕੇ ਪ੍ਰਾਈਵੇਟ ਹੱਥਾਂ 'ਤੇ ਜੇਨ ਦੀ ਤਿਆਰੀ 'ਚ।
ਆਟਾ ਦਾਲ ਦੀ ਸਕੀਮ ਵੀ ਪ੍ਰਾਈਵੇਟ ਲੱਤਾਂ 'ਚ ਦੇ ਦਿੱਤੀ ਸੀ ਅਤੇ ਮਿਲਿਆ ਜੀ, ਮਿਲਿਆ ਆਟਾ ਪਿੰਡਾਂ 'ਚ। ਮੈਂ ਕਹਿੰਦਾ ਜੀ 30 ਕਿਲੋ ਆਉਂਦਾ ਸੀ ਬਾਦਲ ਸਾਹਿਬ, ਕੱਟ ਕੇ 5 ਕਿਲੋ ਕਰਤਾ, ਅਤੇ ਕਈਆਂ ਦੇ ਰਾਸ਼ਨ ਦੇ ਕਾਰਡ ਕੱਟੇ ਗਿਆ। ਹਾਂ, ਥੋੜ੍ਹੇ ਦਿਨ ਪਹਿਲਾਂ ਹੀ ਆਂਗਨਵਾੜੀ ਦਾ ਰੌਲਾ ਪਿਆ ਸੀ ਕਿ ਜਿਹੜੀ ਉਹ ਸਮੱਗਰੀ ਇਹਨਾਂ ਨੇ ਠੇਕਾ ਦਿੱਤਾ 800 ਕਰੋੜ ਦਾ, ਉਹਦੇ 'ਚੋਂ ਤਾਂ ਕਰਲੀ ਕੱਲੀ ਸੁੰਡੀ ਨਿਕਲਦੀ ਆ, ਖਾਣ ਪੀਣ ਦੀ ਸਮੱਗਰੀ ਕੋਈ ਨਹੀਂ ਨਿਕਲਦੀ, ਉਹ ਵੀ ਬੰਦ ਹੋ ਗਿਆ ਟੈਂਡਰ। ਇਸ ਲਈ ਆਹ ਹਸਪਤਾਲ 'ਚ ਗਰਭਵਤੀ ਸਾਡੀ ਭੈਣ ਆਪਦੇ ਡਿਲੀਵਰੀ ਕੇਸ ਲੈ ਕੇ ਗਈ ਸੀ, ਕਹਿੰਦੇ ਬੱਤੀ ਨਹੀਂ ਆਉਂਦੀ, ਉੱਥੇ ਮੋਬਾਈਲ ਫੋਨਾਂ ਦੀ ਲਾਈਟ ਜਗਾ ਕੇ ਤਾਂ ਆਪਰੇਸ਼ਨ ਹੋ ਰਿਹਾ ਅਤੇ ਚੱਲੂ ਕੰਮ। ਇਹਦਾ ਇਲਾਜ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ, ਕਿਡਨੀ ਕੀ ਹੁੰਦਾ ਜਦੋਂ ਵੱਧ ਸ਼ਰਾਬ ਪੀਏ, ਲਿਵਰ ਹੁੰਦਾ ਕਿ ਕਿਡਨੀ ਹੁੰਦੀ ਆ, ਇੱਥੋਂ ਪਤਾ ਹੋਣਾ ਕਿਸੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।